ਸਰਦਾਰਨੀ ਵਾਇਸ 2.5 ਜੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮੂਨ ਦੀ ਅੱਖ ਲੇਖਕ ਮੋਹਨ ਪੰਡਾਰੀ ਉਹ ਦਿਨ ਸ਼ਨੀਚਰਵਾਰ ਸੀ ਸ਼ਾਇਦ ਹਾਂ ਸ਼ਨੀਚਰਵਾਰ ਹੋਵੇਗਾ ਛੁੱਟੀ ਸੀ ਨਾ ਨਹੀਂ ਸੱਚ ਦਿੱਤੀ ਗਈ ਸੀ ਨਹੀਂ ਤਾਂ ਇਹ ਘਟਨਾ ਕਿਉਂ ਆਪੜਦੀ ਮੈਨੂੰ ਤਾਂ ਚਿਤਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ ਮੈਂ ਡਰਿਆ ਨਹੀਂ ਬੌਂਦਲ ਜ਼ਰੂਰ ਗਿਆ ਸੀ ਤੇ ਬੌਂਦਲੇ ਹੋਏ ਬੰਦੇ ਨੂੰ ਤਿੱਥਵਾਰ ਦਾ ਚੇਤਾ ਕਿੱਥੇ ਰਹਿੰਦਾ ਹਾਲਾਤ ਹੀ ਜਿਹੇ ਸਨ ਦਮਾਕ ਚਿਤਨਾਉ ਸੀ ਮੇਰੇ ਤਣਾਓ ਤੇ ਤੁੰਦਲਾਪਨ ਮੈਂ ਕੁਝ ਹੋਰ ਹੀ ਸੋਚ ਰਿਹਾ ਸਾਂ ਕਿ ਕੀ ਸੋਚ ਰਿਹਾ ਸਾਂ ਕੀ ਦੱਸਾਂ ਚੁਪਾਸੀ دہشت ਸੀ ਮਨ ਭਟਕਿਆ ਹੋਇਆ ਉਸ ਸਮੇਂ ਜੋ ਮਿਲਦਾ ਇਹ ਹੀ ਕਹਿੰਦਾ ਇਹ ਕੀ ਹੋ ਗਿਆ ਕਿੱਕਣ ਗਿਆ ਇਹ ਕੋਈ ਨਹੀਂ ਸੀ ਕਹਿੰਦਾ ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲਈਦਾ ਏ ਸੁਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ ਉਨੂੰ ਇਹੀ ਹੋਇਆ ਮਾਰੀ ਗਈ ਸੂਰਤ ਮਾਰੀ ਗਈ ਸੂਰਤ ਤੇ ਤੇਥਵਾਰ ਸਭ ਭੁੱਲ ਗਏ ਮੈਨੂੰ ਹੁਣ ਮੁੜ ਰਹੀ ਹੈ ਸੂਰਤ ਹੌਲੀ ਹੌਲੀ ਕਟਨਾਵਾਂ ਯਾਦ ਆ ਰਹੀਆਂ ਨੇ ਇੱਕ ਇੱਕ ਕਰਕੇ ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ ਅਸ਼ਾਂਤ ਹੈ ਜੀ 1 ਮਿੰਟ 1 ਮਿੰਟ ਰੁਕੋ ਅਸਲੀ ਗੱਲ ਤੇ ਆ ਰਹੀ ਹਾਂ ਅਸਲੀ ਗੱਲ ਨਵੰਬਰ ਦਾ ਮਹੀਨਾ ਸੀ ਚੜ੍ਹਿਆ ਹੀ ਸੀ ਅਜੇ ਪਹਿਲਾ ਹਫਤਾ ਹਫਤੇ ਦਾ ਪਹਿਲਾ ਦਿਨ 2 ਜਾਂ 3 ਨਤਰੀਕ ਡੇਨਚ ਨੇ ਚਰਵਾਰ ਹੀ ਸੀ ਸਨਿਚਰ ਦੀ ਰਾਤ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਸ਼ਹਿਰ ਸੇ ਤੰਗੇ ਭੜ ਕੁਠੇ ਸਨ ਇੱਕ ਔਰਤ ਦਾ ਕਤਲ ਕੀ ਹੋਇਆ ਕਤਲ 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 ਹੋਣ ਲੱਗ ਪਏ ਬਸ ਹੋ ਗਿਆ ਕਤਲਿਆਮ ਆਰੰਭ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਵੇਂ ਪੁਲਿਸ ਦੀ ਸੀ ਪਰ ਸਾਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ ਤੇ ਹੋ ਗਏ ਅਸੀਂ ਅਲਰਟ ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ ਦੋ ਦਿਨ ਬੀਤ ਗਏ ਕੋਈ ਆਦੇਸ਼ ਨਹੀਂ ਆਦੇਸ਼ ਨਹੀਂ ਤਾਂ ਕੋਈ ਐਕਸ਼ਨ ਨਹੀਂ ਐਕਸ਼ਨ ਨਹੀਂ ਤਾਂ ਦੰਗੇ ਚਾਰੀ ਅਸੀਂ ਜਬਤ ਦੇ ਬੰਨੇ ਹੋਏ ਸਾਂ ਅਜੀਬ ਆਵਾਜ਼ ਆਰੀ ਦੇ ਦੇ ਇਨਸਾਨ ਸਾਲਾ ਦਿਨ ਰਾਤ ਜਗਰਾਤਾ ਤੀਜੇ ਦਿਨ ਅਥਨੇ ਕਾਲ ਆਈ ਅਦੇਸੀ ਜਵਾਨ ਲੋਕ ਬੈਰਕ ਮੇ ਰਹੇਗਾ ਆਫਸਰ ਸਹਿਬਾਨ ਅਬ ਆਰਾਮ ਕਰੇ ਤਿਲ ਫਰਦਰ ਆਰਡਰਸ ਟੀਲ ਫਰਦਰ ਆਰਡਰਸ ਸਾਡੇ ਦਿਮਾਗ ਚ ਹਥੋੜੇ ਵਾਂਗ ਵੱਜ ਰਹੇ ਸਨ ਟੀਲ ਫਰਦਰ ਆਰਡਰਸ ਮੈਂ ਸੁਚੇਤ ਰਹਿ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ ਡਿਫੈਂਸ ਕਲੋਨੀ ਚ ਇਹ ਇਲਾਕਾ ਖਤਰੇ ਤੋਂ ਬਾਹਰ ਸੀ ਸਾਡੇ ਫੌਜੀਆਂ ਲਈ ਖਤਰੇ ਤੋਂ ਬਾਹਰ ਦੇ ਉਂਝ ਕੋਈ ਅਰਥ ਨਹੀਂ ਹੁੰਦੇ ਟੀਲ ਫਰਦਰ ਆਰਡਰਸ ਚ ਆਰਾਮ ਦੇ ਕੇ ਆ ਮੈਂ ਖੈਰ ਅਸੀਂ ਅਜਿਹੇ ਆਦੇਸ਼ਾਂ ਦੇ ਆਦੀ ਹੋ ਚੁੱਕੇ ਸਾਂ ਸੋ ਕਾਦਾ ਤਕਰਾਰ ਤੇ ਕੀ ਗਿਲਾ ਸਾਲੇ ਇਹ ਸ਼ਬਦ ਨੇ ਨਾ یوں ਇਵੇਂ ਕਿੰਤੂ ਪਰੰਤੂ ਇਹ ਸਭ ਡਿਕਸ਼ਨਰੀਆਂ 'ਚ ਹੈ ਹੀ ਨਹੀਂ ਤੀਵੀ ਮੇਰੀ ਤੇ ਬੱਚੇ ਬਾਹਰ ਗਏ ਹੋਏ ਸਨ ਸਭ ਦੇ ਸਭ ਘਰ ਵਿੱਚ ਮੈਂ ਇਕੱਲਾ ਪੂਰੇ 1 ਮਹੀਨੇ ਤੋਂ ਖਾਂਦਾ ਪੀਂਦਾ ਸੌਂ ਜਾਂਦਾ ਹੋਰ ਕੀ ਕਰਦਾ ਪਰੇਡ ਬਥੇਰੀ ਹੋਗੀ ਟੇਕ ਤਾਂ ਪਹਿਲਾਂ ਇਹ ਪਹਿਲਾ ਪਿਛੋਂ ਦੀਆਂ ਗੱਲਾਂ ਛੱਡੋ ਬਸ ਪੈ ਗਿਆ ਵਿਗੜ ਪਿਛਲੇ ਦਿਨੀ ਚੰਗੀ ਮਰੀ ਕਿਤੇ ਵੀ ਟੇਕ ਨਹੀਂ ਦਿਨ ਰਾਤ ਅਲਰਟ ਤੇ ਉੱਤੋਂ ਸਾਲਾ ਇਹ ਟਿਲ ਫਰਦਰ ਆਰਡਰਸ ਮੈਂ ਮੇਜਰ ਵੀਕੇ ਮਲੋਤਰਾ ਨੂੰ ਫੋਨ ਕੀਤਾ ਹੈਲੋ ਮੇਜਰ ਚੱਡਾ ਥਿਸ ਸਾਈਡ ਹੈਲੋ ਹਾਂ ਹਾਂ ਮਾਈਸੈਲਫ ਉਹ ਨੋ ਕਮ ਆਨ ਯਾਰ ਰਾਤ ਕੱਟਣੀ ਹੈ ਦੋ ਘੜੀਆਂ ਬੈਠਾਂਗੇ ਆਹੋ ਮੇਜਰ ਦੁਬੇ ਨੋ ਵੀ ਲੈ ਆਂਦਾ ਹਾਂ ਅਮੀ ਬਸ ਤੁਸੀਂ ਆ ਜਾਓ ਮੈਂ ਇਕੱਲਾ ਬੋਰ ਹੋ ਰਿਹਾ ਹਾਂ ਜਾਰ ਜੈਸ ਸਟਿਲ ਫਰਦਰ ਆਰਡਰਸ ਹੱਸਦਿਆਂ ਮੈਂ ਟੈਲੀਫੋਨ ਦਾ ਚੋਗਾ ਰੱਖ ਦਿੱਤਾ ਥੋੜੀ ਦੇਰ ਬਾਅਦ ਉਹ ਦੋਵੇਂ ਆ ਗਏ ਮੇਜਰ ਵੀ ਕੇ ਮਲੋਤਰਾ ਤੇ ਵੀਰ ਦੁੱਬੇ ਦੋਵੇਂ ਮਿੱਤਰ ਨੇ ਇਹ ਦੋਵੇਂ ਛੜੇ ਸ਼ਾਂਟ ਸਾਡੀ ਤਿੰਨਾਂ ਦੀ ਟਾਣੀ ਟਿਕੜੀ ਦੇ ਨਾਂ ਨਾਲ ਮਸ਼ਹੂਰ ਹੈ ਦੋ ਹੋਰ ਮਿੱਤਰ ਮੈਂ ਆਪਣੇ ਗਵਾਂਢੀ ਬੁਲਾ ਲੇ ਸ਼ਾਮਾਂ ਨੂੰ ਪਹਿਲਾਂ ਵੀ ਅਕਸਰ ਅਸੀਂ ਦਿਨੇ ਪਹਿਲਾਂ ਇਕੱਠੇ ਗੁਜ਼ਾਰਦੇ ਸਾਂ ਪਰ ਇਹ ਸ਼ਾਮ ਕੁਝ ਵੱਖਰੀ ਸੀ ਘੁੱਟੀ-ਵੱਟੀ ਸਾਲੀ ਪੰਜ ਜਾਣੇ ਅਸੀਂ ਦੋ-ਦੋ ਪੈਗ ਲੈ ਕੋਠੇ ਦੀ ਛੱਤ ਤੇ ਚਲੇ ਗਏ ਅਜੇ ਅਸੀਂ ਖੜੇ ਹੀ ਸਾਂ ਕਿ ਮੈਨੂੰ ਧੱਕਾ ਜਿਹਾ ਲੱਗਿਆ ਡਿੱਕਣ ਲੱਗਾ ਹੀ ਸਾਂ ਕਿ ਬੰਨੀ ਨੂੰ ਹੱਥ ਪੈ ਗਿਆ ਮਲੋਤਰਾ ਨੇ ਪੁੱਛਿਆ ਕੀ ਹੋਇਆ ਮੇਰੇ ਮੂੰਹੋਂ ਨਿਕਲਿਆ ਪਚਾਲ ਪਚਾਲ ਆ ਗਿਆ ਮੈਨੂੰ ਕੋਠੀ ਦੀ ਛੱਤ ਅਜੇ ਵੀ ਹਿੱਲਦੀ ਲੱਗੀ ਮੇਜਰ ਦੁਬੇ ਰੋਡ ਮਾਰਗ ਹਸਿਆ ਬੋਲਿਆ ਉਹਨੂੰ this can't happened تمہارا ਵਹਿਮ ਹੈ ਸ਼ੇਅਰ ਇਲਿਊਜ਼ਨ ਬੀ ਸਟੈਡੀ ਮੈਨ ਡੋਨਟ ਲੂਜ਼ ਹਾਰਟ ਦੂਜੇ ਉਖੜੇ ਉਖੜੇ ਸਾਨੂੰ ਦੇਖਦੇ ਰਹੇ ਸ਼ਹਿਰ ਤੋਂ ਅੱਗ ਦੇ ਲਾਂਬੂ ਉੱਠ ਰਹੇ ਸਨ ਅਸੀਂ ਉੱਥੇ ਬਹੁਤਾ ਛਿਰ ਖੜੇ ਨਾ ਰਹਿ ਸਕੇ ਪੌੜੀਆਂ ਉਤਰੇ ਤੇ ਅੰਦਰ ਆ ਕੇ ਬੈਠ ਗਏ ਹੋਲੀ ਕਾਹਲੀ ਪੀਣ ਲੱਗੇ 55 ਵਿੱਚੋਂ ਕੋਈ ਇੱਕ ਅੱਧ ਗੱਲ ਛੇੜਦਾ ਤਾਂ ਦੂਜੇ ਹੂੰ ਹਾਂ ਕਹਿ ਕੇ ਫਿਰ ਚੁੱਪ ਹੋ ਜਾਂਦੇ ਕੋਈ ਦੱਬ ਸਿੱਧੀ ਗੱਲ ਨਹੀਂ ਸੀ ਤੋਰ ਰਹੀ ਬਸ ਚੁੱਪ ਦਾ ਪੈਰਾ ਸੀ ਮੈਨੂੰ ਲੱਗਿਆ ਜਿਵੇਂ ਅਸੀਂ ਵਿਸਤੀ ਨਹੀਂ ਵਿਸਕੀ ਨਹੀਂ ਚੁੱਪ ਪੀ ਰਹੇ ਹਾਂ یوں ਪਹਿਲੀ ਵਾਰਾ ਹੋ ਰਿਹਾ ਸੀ दारू ਵੀ ਨਹੀਂ ਸੀ ਚੜ ਰਹੀ ਸਾੜੀ ਉਸ ਸਮੇਂ ਸਮੇਂ ਨੇ ਵੀ ਕੀ ਰੋਲਾ ਪਾਉਣਾ ਸੀ ਬਸ ਸੁਈਆਂ ਸਰਕਦੀਆਂ ਰਹੀਆਂ 10 10:30 11 ਅਲਾਰਮ ਲਾ ਦੇਣਾ ਚਾਹੀਦਾ ਹੈ ਮੈਂ ਸੋਚ ਰਿਹਾ ਸਾਂ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਬਹੁਤ ਹੀ ਹੌਲੀ ਜਹੀ ਫਿਰ ਇੱਕ ਪਲ ਸਰਨਾਟਾ ਘੰਟੀ ਫੇਰ ਵੱਜੀ ਮੈਂ ਘਬਰਾ ਕੇ ਦਰਵਾਜ਼ੇ ਵੱਲ ਵਧਿਆ ਪੁੱਛਿਆ ਕੌਣ ਬਾਹਰ ਕੋਈ ਨਹੀਂ ਭੋਲਿਆ ਮੈਂ ਫਿਰ ਕਿਹਾ ਕੌਣ ਹੈ ਬਈ ਮੈਂ ਜੀ ਮੱਖਣ ਮੱਖਣ ਸਿਓ ਬੂਹਾ ਤਾਂ ਖੋਲੋ ਸਾਹਿਬ ਜੀ ਆਵਾਜ਼ ਦੱਬੇ ਵਿੱਚ ਸੀ ਮੈਂ ਪਰ ਮੈਂ ਪਛਾਣ ਲਈ ਸਾਡਾ ਪਹਿਲਾ ਨੌਕਰ ਸੀ ਮੱਖਣੀ। ਐਸ ਵੇਲੇ ਕਹਿ ਕੇ ਮੈਂ ਦਰਵਾਜ਼ਾ ਖੋਲ ਦਿੱਤਾ। ਉਹ ਬਾਹਰ ਖੜਾ ਸੀ ਨਾਲ ਇੱਕ ਔਰਤ ਅੱਧ ਖੜ ਜਈ। ਮੈਂ ਇਸ਼ਾਰੇ ਨਾਲ ਉਹਨਾਂ ਨੂੰ ਅੰਦਰ ਬੁਲਾ ਲਿਆ। ਪਹਿਲਾਂ ਮੱਖਣੀ ਵੜਿਆ ਅੰਦਰ। ਮਗਰ ਮਗਰ ਔਰਤ ਦੋਵੇਂ ਕੰਬ ਰਹੇ ਸਨ। ਖਿਆਲ ਆਇਆ ਬਾਹਰ ਤਾਂ ਹਨੇਰੀ ਝੁੱਲ ਝੁੱਲੀ ਹੋਈ ਹੈ। ਕਹਿ ਦਾ ਠੱਕਾ ਦੁਰ ਤਬੂਹਾ ਪੇੜ ਦਿੱਤਾ। ਪੂਹਾ ਵੱਜਿਆ ਤਾਂ ਔਰਤ ਰੱਬ ਕੇ ਕਾਂਦ ਨਾਲ ਜਾ ਵੱਜੀ ਇੱਕ ਨਜ਼ਰ ਚਾਕੀ ਉਹ ਮੇਰੇ ਵੱਲ ਫੇਰ ਨੀਵੀਂ ਪਾ ਖੜੀ ਰਹੀ ਮੇਰੀ ਨਗਾਰਤਾ ਕੋ ਟਿਕੀ ਤਾਂ ਮੈਂ ਦੇਖਿਆ ਪਰ ਮਟਿਆਰ ਸੀ ਦੇਖਣੀ ਪਖਣੀ ਰੂਪਵੰਤੀ ਚਿਹਰਾ ਗੋਲ ਥੋੜਾ ਲੰਬੂਤਰਾ ਠੋਡੀ ਤੇ ਤੇਲ ਰੰਗ ਪੀਲਾ ਭੂਗ ਫੱਕ ਹੋਇਆ ਉੱਡਿਆ ਉੱਡਿਆ ਹੁੰਜ ਉਹਦੇ ਸਮੁੱਚੇ ਆਪੇ ਚੋਸ ਵਹਿ ਮਾਂਦੀ ਝਲਕ ਪੈ ਰਹੀ ਸੀ ਜੋ ਦਰਮਿਆਨੇ ਸੌ ਤੇ ਭਲੇ ਘਰ ਦੀਆਂ ਸੁਆਣੀਆਂ ਚ ਹੁੰਦੀ ਹੈ ਮੱਖਣ ਸਿੰਘ ਮੈਨੂੰ ਇੱਕ ਪਾਸੇ ਲਿਜਾ ਕੇ ਹੌਲੀ ਜੇ ਬੋਲਿਆ ਸਾਹਬ ਜੀ ਇਹ ਤਾਂ ਘਰ ਵਾਲਾ ਮਾਰਦਾ ਨਾਲ ਇਹਦਾ ਮੁੰਡਾ ਬਲਵਈਆਂ ਦੀ ਧਾੜ ਪੈ ਗਈ ਟੁੱਟ ਕੇ ਸਾਹਬ ਇਹ ਕਿਵੇਂ ਨਾ ਕਿਵੇਂ ਬਾਤ ਚ ਕੀ ਆਗੀ ਮੇਰੇ ਕੋਲ ਇੱਥੇ ਖਤਰਾ ਹੈ ਜੀ ਅਜੇ ਉੱਥੇ ਖਤਰਾ ਹੈ ਜੀ ਅਜੇ ਪਰ ਮੇਰਾ بچاؤ ਹੋ ਗਿਆ ਬਸ ਬਚ ਗਿਆ ਉਹਨੇ ਆਪਣੇ ਉਲਝੇ ਪਟਿਆਂ 'ਚੋਂ ਹੱਥ ਫੇਰਿਆ ਇੱਕ ਬਿੰਦ ਮੁਰਦੇਹਾਣੀ ਪਸਰ ਗਈ ਟੁੱਟੀ ਮੈਂ ਇਹਨੂੰ ਇੱਥੇ ਲੈ ਆਇਆ ਬਈ ਬਾਤ ਚ ਜੋ ਕੀ ਤੁਹਾਡੇ ਹੁੰਦਿਆਂ ਕਿਸੇ ਦੀ ਹਿੰਮਤ ਹੀ ਨਹੀਂ ਪੈਣੀ ਕਹਿੰਦਿਆਂ ਉਹਦਾ ਗੱਜ ਚ ਭਰ ਗਿਆ ਤੇ ਫਿਰ ਅੱਖਾਂ 'ਚ ਹੰਝੂ ਆ ਮਹਾਰੇ ਵਹਿ ਤੁਰੇ ਅੱਛਾ ਕੀਤਾ ਅੱਛਾ ਕੀਤਾ ਕਹਿਨ ਨੂਤਾ ਮੈਂ ਕਹਿ ਦਿੱਤਾ ਪਰ ਅੰਦਰੋਂ ਸੱਸੋ ਕੰਜ ਵਿੱਚ ਪੈ ਗਿਆ ਮੈਨੂੰ ਆਪ ਅਪਣੇ ਆਪ ਤੇ ਗਰਵ ਵੀ ਹੋਇਆ ਕਿ ਮੱਖਣ ਸਿੰਘ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਇਸ ਵਿਸ਼ਵਾਸ ਨੂੰ ਮੈਂ ਤੋੜ ਦਿੰਦਾ ਜਦੋਂ ਕੋਈ یوں ਸ਼ਰਨ ਚ ਆਵੇ ਤਾਂ ਖਤਰਾ ਮੁੱਲ ਲੈ ਕੇ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਮੇਰੇ ਅੰਦਰਲਾ ਫੌਜੀ ਜਾਗ ਪਿਆ ਮੈਨੂੰ ਵਾਪਸ ਜਾਣਾ ਚਾਹੀਦਾ ਕਹਿ ਕੁੰਡੀ ਖੋਲ ਉਹ ਪਤਾ ਨਹੀਂ ਕਦੋਂ ਬਾਹਰ ਹੋਇਆ ਤੇ ਚਲਿਆ ਵੀ ਗਿਆ ਇਸਲਾਤ ਵਿੱਚ ਮੈਨੂੰ ਮੱਖਣ ਸਿੰਘ ਨੂੰ ਘਰੋਂ ਨਹੀਂ ਸੀ ਧੋਣਾ ਚਾਹੀਦਾ ਪਰ ਕੀ ਕਰਦਾ ਮੈਂ ਤਾਂ ਆਪ ਸੋਚਾਂ ਵਿੱਚ ਘਿਰਿਆ ਪਿਆ ਸਾਂ ਮੈਂ ਹਿੰਮਤ ਕਰਕੇ ਉਸ ਜਨਾਨੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਚੁੱਪ ਨਾ ਨੀਵੀਂ ਪਾ ਕੇ ਖੜੀ ਰਹੀ ਚੁੱਪ ਚਾਪ ਚੁੱਪ ਤਾਂ ਪਹਿਲਾਂ ਹੀ ਮੇਰੇ ਤੇ ਭਾਰੂ ਸੀ ਮੈਨੂੰ ਆਪਣਾ ਆਪ ਕੁੜਕੀ ਵਿੱਚ ਫਸਿਆ ਜਾ ਪਿਆ ਸੋਚ ਹੀ ਨਹੀਂ ਰਿਹਾ ਸੀ ਕੁਝ ਕਰਾਂ ਤਾਂ ਕੀ ਕਰਾਂ ਨੇ ਆਪਣੇ ਸਾਥੀਆਂ ਕੋਲ ਗਿਆ ਜਿਨੇ ਮਿਨੇ ਸ਼ਬਦਾਂ ਵਿੱਚ ਸਾਰੀ ਵਿਥਿਆ ਸੁਣਾਈ ਤੇ ਖੁੰਝੇ ਚ ਖੜੀ ਉਸ ਔਰਤ ਵੱਲ ਇਸ਼ਾਰਾ ਕੀਤਾ ਉਹ ਤਾਂ ਪਹਿਲਾਂ ਹੀ ਉਸਨੂੰ ਵੇਖ ਰਹੇ ਸਨ ਅੱਖਾਂ ਪਾੜ-ਪਾੜ ਕੇ ਉਹਨਾਂ ਚੋਂ ਦੋ ਜਾਨੀ ਮੇਰੀ ਗੱਲ ਸੁਣ ਕੇ ਮੁਸਕਰਾਏ ਉਹਨਾਂ ਦੀ ਮੁਸਕਾਨ ਮੈਨੂੰ ਉਪਰੀ-ਉਪਰੀ ਲੱਗੀ ਅਨਪੜ ਫਿਰ ਉਹ ਚਾਰੇ ਜਾਨੀ ਚੁੱਪਚਾਪ ਉੱਠੇ ਦਰਵਾਜ਼ੇ ਵੱਲ ਵਧੇ ਕੁੰਡੀ ਖੋਲ ਤੇ ਬਾਹਰ ਹੋ ਗਏ ਇਹ ਸਭ ਕੁਝ ਮਕੈਨ ਕੀ ਟੰਗ ਨਾਲ ਹੋਇਆ ਜਿਵੇਂ ਉਹ ਤੁਰੇ ਨਾ ਹੋਣ ਇਹ ਅਹਿਸਾਸ ਹੋਇਆ ਮੈਨੂੰ ਅਚਾਨਕ ਤਦੇ ਮੈਂ ਕਾਲੀ ਕਾਲੀ ਉਹਨਾਂ ਦੇ ਪਿੱਛੇ ਗਿਆ ਦੋਵੇਂ ਛੜੇ ਦੋਸਤਾਂ ਨੂੰ ਮੈਂ ਬੇਨਤੀ ਤੇ ਲਹਿਜੇ ਚ ਕਿਹਾ ਤੁਸੀਂ ਇੱਥੇ ਰਹੋ ਤਾਂ ਤੁਹਾਨੂੰ ਕਾਦੀ ਕਾਦੀ ਕਾਲੀ ਐ ਇੱਥੇ ਮੈਂ ਕੱਲਾ ਹਾਂ ਬੋਲ ਮੇਰੇ ਬੁੱਲਾਂ ਤੇ ਲੜਜ ਗਏ ਉਹ ਦੋਵੇਂ ਠਾਕਾ ਮਾਰ ਕੇ ਹੱਸੇ ਦੁਬੇ ਬੋਲਿਆ ਉਹਨੋਂ ਮੇਜਾ ਛੱਡਿਆ ਸੋ ਗੁੱਡ ਲੱਕ ਮਾਈ ਜੈਂਪ ਉਹਦੇ ਬੋਲ ਮੈਨੂੰ ਵਹੁ ਵਰਗੇ ਲੱਗੇ ਉਹ ਚਲੇ ਗਏ ਕੀ ਨਾਏ ਟਹਾਟਾ ਔਰਤ ਤੂੰ ਮੈਂ ਪੁੱਛਿਆ ਉਹ ਕੰਬੀ ਕੁਝ ਬੋਲੀ ਨਾ ਨਾ ਦੱਸਾਂ ਚ ਕੀ ਹਰਜ ਹੈ ਮੈਂ ਤੁਹਾਡਾ ਦੁਖੀ ਤਾਂ ਨਹੀਂ ਉਹ ਹਿੱਲੀ ਉਹਦੇ ਬੋਲ ਕੰਬੇ ਫਿਰ ਬੋਲਿਆ ਫਿਰ ਵੀ ਨਾ ਗਿਆ ਕਬਰੋ ਨਾ ਤੁਸੀਂ ਦੱਸੋ ਦੱਸੋ ਮੈਂ ਹੋਰ ਵੀ ਨਰਮੀ ਨਾਲ ਆਖਿਆ ਨਸੀਬ ਨਸੀਬ ਕੋਰ ਦਾਦੀ ਚ ਜਿਕਦੀ ਨੇ ਆਪਣਾ ਨਾਮ ਦੱਸ ਦਿੱਤਾ ਕੁਝ ਖਾ ਲਓ ਤੁਸੀਂ ਭੁੱਖੇ ਹੋਵੋਗੇ ਮੈਂ ਉਹਨੂੰ ਸਹਜ ਹਾਲਾਤ ਵਿੱਚ ਲਿਆਉਣਾ ਚਾਹੁੰਦਾ ਸਾਂ ਉਹਦੇ ਨਾਂ ਵਿੱਚ ਸਿਰ ਹਲਾਇਆ ਮੈਂ ਮੇਰੇ ਅਗਲੇ ਸਵਾਲਾਂ ਦਾ ਉਹਨੇ ਕੋਈ ਉੱਤਰ ਨਾ ਦਿੱਤਾ ਇਸ ਵੇਲੇ ਇਹਦੀ ਮਾਨਸਿਕਤਾ ਹਾਲਾਤ ਠੀਕ ਨਹੀਂ ਸਦਮੇ ਦੀ ਝੰਡੋੜੀ ਹੋਈ ਹੈ ਸਵੇਰੇ ਸਾਰੀ ਗੱਲ ਪੁੱਛ ਲਵਾਂਗਾ ਇਹ ਸੋਚ ਉਹਨੂੰ ਮੈਂ ਆਪਣੇ ਬੈੱਡਰੂਮ ਚ ਪੇਛੇ ਦੇ ਦਿੱਤਾ ਕੁਝ ਚਿਰ ਪਿਛੋਂ ਦੇਖਿਆ ਉਹ ਦੁਬਕੀ ਪਈ ਸੀ ਇਕੱਠੀ ਹੋਈ ਗਠਰੀ ਵਾਂਗ ਗੋਡੇ ਢਿੱਡ ਚ ਦੇ ਕੇ ਮੈਂ ਅਲਮਾਰੀ ਚੋਂ ਕੱਢ ਕੇ ਦੋ ਕੰਬਲ ਉਹਦੇ ਉੱਤੇ ਪਾ ਦਿੱਤੇ ਬਾਹਰ ਆ ਗਿਆ ਬਾਹਰ ਆ ਕੇ ਅਚਾਨਕ ਮੈਨੂੰ ਖਿਆਲ ਆਇਆ ਮੇਰਾ ਰਿਵਾਲਵਰ ਅੰਦਰ ਰਹਿ ਗਿਆ ਹੈ ਸੀ ਇਸ ਹਾਲਾਤ ਵਿੱਚ ਔਰਤ ਕੁਝ ਵੀ ਕਰ ਸਕਦੀ ਹੈ ਇਹ ਸੋਚ ਕੇ ਮੈਂ ਇੱਕ ਦਾ ਮੁਠਿਆ ਅੰਦਰ ਗਿਆ ਅਲਮਾਰੀ ਖੋਲੀ ਰਵਾਲਵਰ ਚੁੱਕ ਤਾ ਨੂੰ ਕੀਤਾ ਮੋੜਿਆ ਤਰਬਕ ਗਿਆ ਮੇਰੇ ਹੱਥ ਚ ਰਵਾਲਵਰ ਦੇਖ ਕੇ ਉਹ ਕੰਬੁੱਠੀ ਮੇਰੇ ਵੱਲ ਡਰੀਆਂ ਡਰੀਆਂ ਮੋਠੀਆਂ ਮੋਠੀਆਂ ਫੈਲੀਆਂ ਅੱਖਾਂ ਨਾਲ ਝਾਕ ਕੇ ਮੈਂ ਹੱਥ ਜੋੜ ਮੂੰਹ ਚ ਬੁੜਬੜਾਈ ਤੇ ਹੱਥ ਜੋੜ ਮੂੰਹ ਚ ਬੁੜਬੜਾਈ ਜਿਵੇਂ ਕਹਿ ਰਹੀ ਹੋਵੇ ਨਾ ਮਾਰੋ ਬਸ ਇੰਨੇ ਚ ਕਹਿ ਟੈਪਿਆ ਮੇਰੇ ਤੇ ਉਹਦੀ ਮੇਰੇ ਨਾਲ ਝਾਕਦੀ ਖੱਬੀ ਮੋਟੀ ਫੈਲੀ ਅੱਖ ਚ ਹੰਝੂ ਭਰਿਆ ਤੇ ਮਲਕੜੇ ਹੀਠਾਂ ਵੱਲ ਵਹਿ ਤੁਰਿਆ ਕਹੀ ਅੱਖ ਸੀ ਬੇਬਸ ਲਚਾਰ ਮੂਨ ਦੀ ਅੱਖ ਵਰਗੀ ਮੈਂ ਦਰਵਾਜ਼ਾ ਢੇਡ ਕੇ ਬਾਹਰ ਆ ਗਿਆ ਮੂਨ ਦੀ ਅੱਖ ਹੁਣ ਸਿੱਧੀ ਮੇਰੇ ਵੱਲ ਝਾਕ ਰਹੀ ਸੀ ਮੈਂ ਬਾਹਰ ਬੈਠਾ ਨਹੀਂ ਚਿਰ ਸੋਚਦਾ ਰਿਹਾ ਅੱਖ ਮੇਰੇ ਵੱਲ ਝਾਕਦੀ ਰਹੀ ਮੇਜ ਤੋਂ ਛੱਤ 'ਚੋਂ ਕੰਧਾਂ 'ਚੋਂ ਉਹ ਹਰ ਸ਼ੈਅ 'ਚੋਂ ਜਿਸ ਵੱਲ ਮੈਂ ਵੇਖਦਾ ਸਾਂ ਬਚਪਨ ਚ ਵਾਪਰਿਆ ਇੱਕ ਹਾਸਾ ਜ਼ਿਆਦਾ ਆ ਗਿਆ ਮੈਨੂੰ 10-12 ਵਰਿਆਂ ਦਾ ਸੀ ਮੈਂ ਉਦੋਂ ਇੱਕ ਦਿਨ ਕੁਝ ਬੰਦੇ ਸ਼ਿਕਾਰ ਖੇਲਣ ਗਏ ਪਿੰਡੋਂ ਬਾਹਰ ਰੋਈਆਂ 'ਚ ਮੈਂ ਵੀ ਨਾਲ ਹੋ ਤੁਰਿਆ ਸਾਰਾ ਦਿਨ ਕੋਈ ਸ਼ਿਕਾਰ ਨਾ ਮਿਲਿਆ ਨਾ ਸਹੀ ਹਾ ਨਾ ਤਿੱਤਰ ਨਾ ਬਟੇਰਾ ਵਥੇਰਾ ਸ਼ਿਸ਼ਕੇਰਿਆ ਕੁੱਤਿਆਂ ਨੂੰ ਕੋਈ ਸ਼ਿਕਾਰ ਨਾ ਮਿਲਿਆ ਸਾਹਮਣੇ ਅਥਨ ਉਤਰ ਰਹੀ ਸੀ ਅਸੀਂ ਥੱਕੇ ਹਾਰੇ ਟਿੱਬਿਆਂ ਉੱਤੋਂ ਦੀ ਪਿੰਡ ਨੂੰ ਮੋੜ ਰਹੇ ਸਾਂ ਅਚਾਨਕ ਇੱਕ ਟਿੱਬੇ ਓਲਿਓਂ ਚੁੰਗੀਆਂ ਪਰਦੀ ਇੱਕ ਮੂਨ ਸਾਹਮਣੇ ਆ ਗਈ ਸ਼ਿਕਾਰੀਆ ਦੀਆਂ ਵਾਸ਼ਾਂ ਖੇਡ ਗਈਆਂ ਰਫਲ ਵਾਲੇ ਨੇ ਗੋਡਿਆਂ ਭਾਰ ਹੋ ਕੇ ਸ਼ਿਸ਼ਤ ਬੰਨੀ ਮੂੰਹ ਸ਼ਾਲ ਮਾਰ ਕੇ ਪਰਾਂ ਹੋ ਗਈ ਉਹਨੇ ਫੇਰ ਸ਼ਿਸ਼ਤ ਲਈ ਮੂਨ ਫੇਰ ਚੁੰਗੀ ਭਾਰ ਕੇ ਇੱਕ ਪਾਸੇ ਹੋ ਗਈ ਜੀਵਨ ਮੌਤ ਦੀ ਇਹ ਖੇਲ ਕੁੱਝ ਫਲ ਜਾਰੀ ਰਹੀ ਯਕੀਰ ਉਹ ਸਾਡੇ ਸਾਹਮਣੇ ਆ ਖੜੀ ਹੋਈ ਅੰਜਾਨ ਅਨਪੋਲ ਤੇ ਠਾ ਕਰਕੇ ਗੋਲੀ ਚੱਲੀ ਸਾਡੇ ਦੇਖਦਿਆਂ ਦੇਖਦਿਆਂ ਉਹ ਟਿੱਬੇ ਉੱਤੇ ਡਿੱਗੀ ਤੜਫਨ ਲੱਗੀ ਸ਼ਿਕਾਰੀ ਚਾਂਗਰਾ ਮਾਰਦੇ ਉਸ ਵੱਲ ਵਦੇ ਮੈਂ ਵੀ ਉਹਨਾਂ ਕੋਲ ਜਾ ਖੜਾ ਹੋਇਆ ਥੋੜਾ ਹਟ ਕੇ ਉਹ ਅਜੇ ਵੀ ਤੜਫ ਰਹੀ ਸੀ ਮੇਰੇ ਵੱਲ ਦੇਖ ਰਹੀ ਸੀ ਮੋਟੀਆਂ ਮੋਟੀਆਂ ਅੱਖਾਂ ਉਹਦੀਆਂ ਫੈਲ ਦੇਖਿਆ ਸਨ ਫੇਰ ਮੇਰੇ ਵੱਲ ਦੇਖਦੀ ਉਹਦੀ ਖੱਬੀ ਮੋਟੀ ਫੈਲੀ ਅੱਖ ਚ ਹੰਝੂ ਨਿਕਲੇ ਆ ਤੇ ਉਹਦੀ ਗੱਲ ਤੇ ਵੈ ਤੁਰਿਆ ਹੁਣ ਆਖ ਹੁਣ ਵੀ ਮੈਨੂੰ ਦੇਖ ਰਹੀ ਸੀ ਮੇਰੇ ਕਮਰੇ ਦੀ ਹਰ ਸ਼ੈਅ ਚ ਬਾਹਰ ਬੈਠਾ ਮੈਂ ਬੜਾ ਕੁਝ ਸੋਚਦਾ ਰਿਹਾ ਮੇਰੀ ਹਾਲਾਤ ਰਫਲ ਵਾਰੇ ਉਸਕਾਰੀ ਵਰਗੀ ਸੀ ਮੈਂ ਜੋ ਵੀ ਚ ਹੁੰਦਾ ਕਰ ਸਕਦਾ ਸਾਂ ਜੋ ਵੀ ਮੇਰੀ ਕੋਠੀ ਦੇ ਬੈਡਰੂਮ ਚ ਇੱਕ ਔਰਤ ਪਈ ਸੀ ਅਬਲਾ ਬੇਵਸਤੇ ਲਚਾਰ ਉਸ ਮੂਨ ਵਰਗੀ ਕਿੰਨੇ ਹੀ ਖਿਆਲ ਆਏ ਉਸ ਰਾਤ ਪਾਪ ਵਰਗੇ ਪੁੰਨ ਵਰਗੇ ਸੋਚਦਾ ਸੋਚਦਾ ਪਤਾ ਨਹੀਂ ਕਦੋਂ ਮੈਂ ਸੌਂ ਗਿਆ ਸਵੇਰੇ ਦਿਨ ਚੜੇ ਉੱਠਿਆ ਬੈਡਰੂਮ ਦਾ ਦਰਵਾਜ਼ਾ ਬੰਦ ਸੀ ਨਹਾਤਾ ਤੋਤਾ ਕਮਰੇ ਦੀਆਂ ਚੀਜ਼ਾਂ ਵਸਤਾ ਇੱਧਰ ਉੱਧਰ ਸੰਭਾਲਦਾ ਰਿਹਾ ਬੂਆ ਜੇ ਬਾਂਸੀ ਪਤਾ ਨਹੀਂ ਕਿੰਨੀਆਂ ਰਾਤਾਂ ਜਾਗਦੀ ਰਹੀ ਹੋਵੇਗੀ ਹੁਣ ਅੰਦਰ ਕੂਕ ਸੁੱਤੀ ਪਈ ਐ ਉੱਠੇਗੀ ਤਾਂ ਇਕੱਠੇ ਚਾਹ ਪੀਵਾਂਗੇ ਗੱਲਾਂ ਕਰਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਕੱਲ ਸ਼ੁਰੂ ਕਿਵੇਂ ਕਰਾਂਗਾ ਸੋਚਦਾ ਰਿਆ ਆਖਿਰ ਚਾਹ ਬਣਾ ਲ ਆਖਿਰ ਚਾਹ ਬਣਾ ਲਈ ਹੌਲੀ ਜਿਹੀ ਦਸਤਕ ਦਿੱਤੀ ਮੈਂ ਫਿਰ ਜ਼ੋਰ ਦੀ ਖਿੜਕੜਾਇਆ ਬੁਹਾ ਨਾ ਉਹ ਬੋਲੀ ਨਾ ਬੁਹਾ ਹੀ ਖੋਲਿਆ ਮੈਂ ਹੌਲੀ ਜੀ ਤੱਕਾ ਦੇ ਕੇ ਬੁਹਾ ਖੋਲਿਆ ਅੰਦਰ ਚਾੱਕਿਆ ਉਹ ਲੰਮੀ ਪਈ ਸੀ ਸਿੱਧੀ ਸਤੌਰ ਘਾਟੇ ਡੀਆਂ ਹੋਈਆਂ ਮੈਂ ਬੌਂਦਲ ਗਿਆ ਬਾਹਰ ਆ ਕਮਲਿਆਂ ਵਾਂਗ ਕਮਰੇ ਦਾ ਚੱਕਰ ਕੱਟਣ ਲੱਗ ਪਿਆ ਫਿਰ ਹਿੰਮਤ ਕਰਕੇ ਮੇਜਰ ਮਲੋਤਰਾ ਨੂੰ ਟੈਲੀਫੋਨ ਕੀਤਾ ਉਹ ਤੇ ਦੂਪੇ ਦੋਵੇਂ ਆ ਗਏ ਗਵਾਂਡੀ ਵੀ ਬੁਲਾ ਲਏ ਅੰਦਰ ਗਏ ਮਲੋਤਰਾ ਨੇ ਅੱਗੇ ਵਧ ਕੇ ਉਹਦੀਆਂ ਅੱਖਾਂ ਫੈਲੀਆਂ ਅੱਖਾਂ ਬੰਦ ਕਰ ਦਿੱਤੀਆਂ ਮੌਤ ਦੀ ਖਬਰ ਉਸੇ ਵੇਲੇ ਹੈੱਡ ਕੁਆਟਰ ਨੂੰ ਦਿੱਤੀ ਗਈ ਹੁਣ ਉਹ ਸਮਝਦੇ ਨੇ ਇਹ ਗੁਨਾਹ ਮੈਂ ਕੀਤਾ ਏ ਮੈਨੂੰ ਪਰ ਬਾ ਨਹੀਂ ਕਿ ਉਹ ਮੈਨੂੰ ਸਜ਼ਾ ਦੇਣਗੇ ਕੀ ਬਰੀ ਕਰ ਦੇਣਗੇ ਪਰ ਇੱਕ ਗੱਲ ਤੋਂ ਮੈਂ ਜਿਉਂਦੇ ਜੀ ਕਦੇ ਮੁਕਤ ਨਹੀਂ ਹੋਣਾ ਆਪਣੇ ਤੁਰ ਅੰਦਰਲੇ ਗੁਨਾਹ ਦੇ ਅਹਿਸਾਸ ਤੋਂ ਉਹ ਇਹ ਕਿ ਉਸ ਰਾਤ ਮੈਂ ਉਸ ਕੋਲ ਕਿਉਂ ਨਾ ਪਿਆ ਜੇ ਇਉਂ ਕਰਦਾ ਤਾਂ ਸ਼ਾਇਦ ਉਹ ਬਚ ਜਾਂਦੀ థాంਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ